ਇਹ ਹੁਣ ਇਹ ਅਸਲ ਇਹਨੂੰ ਮੁਸਲਮਾਨ ਪਸੰਦ ਕਰਦੇ ਆ ਜੀ ਮੁਸਲਮਾਨ ਨੂੰ ਜ਼ਿਆਦਾ ਪਤਾ ਇਹਦਾ ਇਹ ਕੰਨਾਂ ਦੇ ਵਿੱਚ ਮਸੀਤ ਦਾ ਦਰਜਾ ਬਣਾ ਦਿੰਦਾ ਮਸੀਤ ਤੇ ਜਿਵੇਂ ਗੁੰਮ ਸੁਣਦਾ ਨਾ ਐਂ ਗੁੰਮ ਸੁਣੂ ਹੁਣ ਇਹ ਜਦੋਂ ਕੰਨ ਪੂਰੇ ਕੱਸਦਾ ਜਿਵੇਂ ਚੰਗੇ ਮੰਦਿਰ ਦਾ ਨੀ ਐਂ ਹੁੰਦਾ ਤਾਂ ਉੱਚਾ ਮੰਦਿਰ ਮਾਈ ਦਾ ਇਵੇਂ ਬਣਾ पछाण कढ़दा ना कोई की है साफ कर दें पूना धो दें मुंडा की ਇਹਦਾ ਮੁੰਡਾ ਤੂੰ ਇਹ ਹੁਣ ਇਹ ਵਾ ਬਾਬੇ ਦਾ ਅੱਛਾ ਐ ਵੀ ਤੇਰਾ ਸਿਆਣ ਦਾ ਮੁੰਡਾ ਬਈ ਬਾਬੇ ਦਾ ਹੋਰ ਫੇ ਠੀਕ ਠਾਕ ਹੈ ਉਹ ਤੇਰਾ ਵਿਆਹ ਕੋ ਕਰਦਾ ਕਿ ਨਹੀਂ ਮੈਂ ਕੀ ਕਰਾਉਣਾ ਬਸ ਨਾ ਇਕੱਠਾ ਹੀ ਤਿੰਨਾ ਚਾਰਾਂ ਨਾਲ ਕਰ ਦਈਏ ਹੈ ਵਿੱਚੇ ਦੂਜਿਆਂ ਨੂੰ ਲੈ ਜਾਾਂਗੇ ਕਦੋਂ ਨੂੰ ਹੋਰ ਬੜਾ ਖਰਚਾ ਕਰਨਾ ਕਿਹੜਾ ਜੀ ਕੰਮ ਨੇ ਬਲੇੜਾ ਇੱਕੇ ਦਿਨ ਹੀ ਬੱਸ ਭਰ ਲਿਆਵਾਂਗੇ ਆਪਾਂ लाड़ी लाड़े ही है मां प्यो खराब कर अजकल है जी मतलब तेन आए बोलिया थले ना लाके रही हो अच्छा है जी मतलब तू बोडा से चढ़ के रही है मेरे कहीं कोई नहीं दूजी पंड टक लाता ਉਦੋਂ ਅਸੀਂ ਹੋਰ ਲਿਆਵਾਂ ਬੈ ਸਿਰ ਦੇ ਪੱਤਾਂ ਤੇ ਝਾੜ ਦੇ ਥੋੜਾ ਠੀਕ ਹੈ ਪਰ ਇਹਨੂੰ ਕਰਕੇ ਹੋਰ ਝਾੜ ਤੋ ਕੇ ਧੋ ਕੇ ਬਣਾਉਣਾ ਪੈਂਦਾ ਜੀ ਨਾ ਜੀ ਉਹ ਝਾੜ ਦੇਦਾ ਇਹ ਰੇਤਾ ਝਾੜਿਆ ਵਾਟਾ ਹੁਣ ਝਾੜਿਆ ਵਾ ਬਾਕੀ ਇਹਨੇ ਵੀ ਝਾੜ ਝਾੜ ਕੇ ਖਾਣਾ ਇਹਨੇ ਵੀ ਸਿੱਧਾ ਇਹਨਾਂ ਚੱਕਣਾ ਨੇ ਆਇਆ 100 ਮਾਰਨਾ ਦਾ ਕਾਰਨ ਆਉਣਾ ਸੀ ਹੁਸ਼ਿਆਰ ਬਹੁਤ ਹੁੰਦੇ ਹੈ ਨਾ ਇਹ ਆ ਤੇ ਬੁੱਲਾਂ ਨਾਲ ਹੀ ਥੋੜੇ ਥੋੜੇ ਮਸੇ ਇਹਨਾਂ ਕੇ ਖਾ ਲੂਗਾ ਫਿਰ ਪਾ ਦੇ ਇਹ ਬਾਹਲਾ ਥੱਲੇ ਛਿੱਟੀ ਜਾਊ ਇਹ ਝਾੜ ਦੇ ਜਿਹੜਾ ਗੁੰਮਿਆ ਗਾ ਜੀ ਘੋੜਾ ਤੁਸੀਂ ਦੱਸ ਰਹੇ ਸੀ ਇੱਕ ਘੋੜਾ ਗੁੰਮਿਆ ਗਾ ਉਹ ਮਤਲਬ ਕਿਸ ਤਰ੍ਹਾਂ ਦਾ ਸੀਗਾ ਉਹ ਲਾਲ ਰੰਗ ਦਾ ਚੇਲੀਆ ਠੀਕ ਹੈ ਕਿਹੜੇ ਪਿੰਡ ਕੋਲੇ ਸੀਗਾ ਉਦੋਂ ਉਹ ਇੱਥੇ ਆਪਣੇ ਨਹਿਰ ਦਾ ਪੁੱਲ ਨਹੀਂ ਮੌੜਾਣਾ ਮੌੜਾਣਾ ਹਾਂ ਛੋਟੇ ਮੌੜਾਣਾ ਉੱਥੇ ਗੁੰਮਿਆ ਲੱਭ ਜੂਗਾ ਸਾਡਾ ਘੋੜਾ ਨਹੀਂ ਗਿਆ ਪਾਈ ਜਾਂਦਾ ਸਾਡੇ ਤਾਂ ਜਿਹੜੇ ਜੋੜੇ ਸਾਉਣ ਵਾਲੇ ਆ ਘੋੜੀਆਂ ਘਾੜੀਆਂ ਵਾਲੇ ਸਾਰੇ ਦੂਰ ਚੱਕਰ ਕੁੱਬਿਆਂ ਕੱਬਿਆਂ ਚੱਕਰ ਪ੍ਰੇਮੀ ਆ ਅੱਛਾ ਸਾਰਿਆਂ ਨੂੰ ਦੱਸਤਾ ਬੱਕਰੀਆਂ ਵਾਲਿਆਂ ਨੂੰ ਕਹਿਤਾ ਬੱਕਰੀਆਂ ਵਾਲਿਆਂ ਨੇ ਹਰੇਕ ਥਾਂ ਜਾਣਾ ਉਹਨਾਂ ਨੂੰ ਚਾਰਨਾ ਫਿਰਨਾ ਉਹਦੀ ਸਾਨੂੰ ਦੱਸ ਲੱਭ ਜੂਗਾ ਮਾਲ ਬੱਕਰੀ ਵਾਲੇ ਕਾਹ 'ਤੇ ਆਏ ਸੀ ਮੋਟਰਸਾਈਕਲ 'ਤੇ ਗੱਡੀ 'ਤੇ ਆਏ ਸੀਗੇ ਜਿਸ ਤਰ੍ਹਾਂ